ਅਸਲਾਮ ਵਾਲੇ ਕੰਪਾਣੋ ਮੇਰੀ ਉਹ ਇਹਵੇ ਸਵੇਰ ਦਾ ਟਾਈਮ ਤੇ ਰੋਜ਼ ਪਾਂਡਿਆਂ ਤੇ ਲੱਗ ਜਾਨੀ ਅੱਜ ਮੈਂ ਕਿਹਾ ਮੈਂ ਪਹਿਲੇ ਨਾਸ਼ਤਾ ਬਣਾ ਕੇ ਕਰਾਂ ਸਾਡਾ ਵੀ ਤੇ ਹੱਕ ਹੈ ਜੀ ਕਿ ਕਿੱਦੀ ਕਰੀ ਪਰੌਠਾ ਪਰੌਠਾ ਖਾ ਲੈ ਤੇ ਮੈਂ ਕਿਹਾ ਪਾਂਡੇ ਮੈਂ ਤੋਂਣੇਨ ਬਾਅਦ ਇਹ ਤੇ ਅੱਜ ਗੋਭੀ ਦਾ ਪਰੌਠਾ ਖਾਈਏ ਪਹਿਲੇ ਸਭ ਤੋਂ ਪਹਿਲੇ ਜਾਨ ਬਣਾਈਏ ਕੰਮ ਤੇ ਸਾਰਾ ਦਿਨ ਨਹੀਂ ਮੁੱਕਦੇ ਤੇ ਮੈਂ ਕਿਹਾ ਅੱਜ ਮੈਂ ਪਰੌਠਾ ਖਾ ਲਾਂ ਤੇ ਬਣਾਣ ਲੱਗੀ ਹਾਂ ਗੋਭੀ ਦਾ ਪਰੌਠਾ ਕਿ ਜਿਸ ਨੇ ਜਿਸ ਨੇ ਮੂੰਹ ਪਾਣੀ ਆ ਰਿਹਾ ਤੇ ਕੋਈ ਗੱਲ ਨਹੀਂ ਬਣਾਓ ਗੋਭੀ ਦੇ ਪਰਾਠੇ ਖਾਓ ਕੋਈ ਇਤਰਾਜ਼ ਨਹੀਂ ਹੈ ਮੈਨੂੰ ਮਜ਼ੇ ਕਰੋ ਨਾਸ਼ਤਾ ਕਰੋ ਤੇ ਅੱਜ ਤੇ ਅਸੀਂ ਵੀ ਨਾਸ਼ਤਾ ਕਰਾਂਗੇ ਬੈ ਕੇ ਚਾਹ ਪਾਣੀ ਪੀਵਾਂਗੇ ਫਿਰ ਬਾਅਦ ਇਹ ਸਾਰੀ ਦਿਹਾੜੀ ਕੰਮ ਹੀ ਕਰਨਾ ਹੈ ਇਹ ਭਾਂਡੇ ਤੇ ਕਦੇ ਗੱਲੇ ਤੋਂ ਲੈਂਦੇ ਇੰਨੇ ਗੱਲੇ ਦਾ ਹਾਰ ਬਣਿਆ ਹੋਇਆ ਤੇ ਇਹ ਹਾਰ ਅਸੀਂ ਬੜੀ ਖੂਬਸੂਰਤੀ ਨਾਲ ਇਸਾ ਸਜਾਈ ਰੱਖਨੇ ਆ ਤੇ ਧੋਨੇ ਰਹਿਨੇ ਆ ਧੋਨੇ ਰਹਿਨੇ ਆ ਲੇਕਿਨ ਅੱਜ ਮੈਂ ਖਾਏ ਦੀ ਕਸਮ ਮੈਂ ਤੇ ਨਾਸ਼ਤਾ ਕਰਸਾਂ ਤੇ ਰੋਜ਼ ਡੇ ਬਰੋਟੀ ਪਾਪੇ ਖਾ ਖਾ ਕੇ ਦਿਲ ਹੋ ਗਿਆ ਜੀ ਆਵਾਜ਼ਾਰ ਅੱਲਾ ਫੇਜ਼